खबर कपूरथला तो सामने आ रही जिथे कपूरथला के सदर बाजार के विच दो सुनियारियां दी अलग अलग दुकानों ते काम करने वाली एक दलित महिला और एक व्यक्ति के विचकार ग्राहक नू लैके आपसी विवाद शुरू हो जाता है। विवाद इन्ना वध जाता है कि झगड़े का रूप धारण कर लैंदा है। तुहानू दस दिंदे आ सदर बाजार के विच लोगों की भीड़ जमा हो जाती है। झगड़े के दौरान इस व्यक्ति के वलों दलित लड़की नू जाति सूचक भद्दी शब्दावली उसके लिए वरती जाती है, जिस तों बाद लड़की के पिता के वलों इस व्यक्ति के खिलाफ कार्रवाई करने की मांग की जाती है। तुहानू दस दिंदे कि पुलिस दे कोल इसकी शिकायत दर्ज करवाई गई है अते इस व्यक्ति दे खिलाफ जाति सूचक भद्दी शब्दावली वरतन दे लई कानूनी कार्रवाई करन दी मंग उन्हां दे वल्लों कीती जा रही है। की कहना सी उन्हां दा, आओ सुनाउंदे आ तुहानू। की नाम है जी अपना? पिंकी है मेरा नाम। हां जी, किन्ने टाइम तो कम करदे थे? मैं 4 साल हो गए इत्थे लगी नूं। तां जिहड़ी अज वारदात होई सी, जिहड़ी कि जाति शब्दां नूं लै के वी गाली गलोच वी होई आ। हां जी, मैडम दे कहंदे कहंदे अंकिता ने मेरे सामने जुत्तियां मारियां अंकल दे बुजुर्ग दे। ਸਾਰਾ ਬਾਜ਼ਾਰ ਦੇਖਦਾ ਪਿਆ ਸੀ, ਸਾਰਾ ਬਾਜ਼ਾਰ ਗਵਾਹ ਆ ਇਸ ਟਾਈਮ ਤੇ। ਕਿਹੜੇ ਵੱਲੋਂ ਮਾਰੇ ਗਏ? ਉਹਨੇ ਮੈਡਮ ਵੱਲੋਂ ਮਾਰੇ ਗਿਆ। ਕਾਲੂ ਦੇ ਨਾਲ ਬੋਲਦਾ ਪਿਆ ਸੀ ਬਾਹਰ ਮੁੰਡਿਆਂ ਦੇ ਨਾਲ, ਤੇ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਤੇ ਮੈਡਮ ਉੱਠ ਕੇ ਜੁੱਤੀਆਂ ਮਾਰਨ ਡੈ ਪਈ ਅੰਕਲ ਦੇ। ਕੀ ਮੈਡਮ ਦਾ ਕੀ ਨਾਮ? ਕੀ ਅੰਕਿਤਾ, ਅੰਕਿਤਾ ਸੇਤੀਆ। ਤਾਂ ਉਹ ਦੂਜੀ ਕਿਹੜੀ ਦੁਕਾਨ ਓਨਰ? ਹਾਂ, ਨਹੀਂ ਨਹੀਂ, ਉਹ ਉਹਦੇ ਵਰੁਣ ਦੇ ਘਰ ਵਾਲੀ ਆ। ਵਰੁਣ ਦੇ ਘਰ ਵਾਲੀ? ਹਾਂਜੀ, ਉਹਨੇ ਅੰਕਲ ਦੇ ਜੁੱਤੀਆਂ ਮਾਰੀਆਂ 2 ਵਾਰ। ਨਹੀਂ, ਕਿੱਦਾਂ ਦੇਖਦੇ ਜੇ ਕਿ ਆਪਸੀ ਜਿਹੜੀ ਕਿ ਮਾਲਕਾਂ ਦੀ ਲੜਾਈ ਦੇ ਵਿੱਚ ਜੇ ਵਰਕਰ? ਨਹੀਂ ਨਹੀਂ, ਆ ਮਾਲਕਾਂ ਦੀ ਕੋਈ ਲੜਾਈ ਨਹੀਂ ਸੀ, ਇਹ ਆਪਸ ਵਿੱਚ ਲੜਦੇ ਪਏ ਸੀ ਵਰਕਰ ਵਰਕਰ, ਠੀਕ ਹੈ। ਤੇ ਉਹ ਆਣ ਕੇ ਬੋਲਣ ਡੈ ਪਈ ਅੰਕਲ ਨੂੰ, ਕਹਿੰਦੀ ਮੈਂ ਤੇਰਾ ਮੂੰਹ ਤੋੜ ਦੂੰ ਚਪੇੜਾ ਮਾਰ ਮਾਰ ਕੇ। ਅੰਕਲ ਨੂੰ ਗਲਤ ਬੋਲਦੀ ਸੀ, ਫਿਰ ਜੁੱਤੀ ਲਾ ਕੇ ਉਹਨੇ ਸਾਰੇ ਸਾਹਮਣੇ ਮਾਰੀ। ਸਾਡੇ ਕਸਟਮਰ ਵੀ ਆਏ ਹੋਏ ਸੀ ਉਸ ਟਾਈਮ, ਕਸਟਮਰ ਵੀ ਮਨਜੂਰ ਸੀ ਸਾਡੇ ਉੱਥੇ। ਨਹੀਂ ਤਾਂ ਹੁਣ ਤੁਸੀਂ ਕਾਨੂੰਨ ਤੋਂ ਕੀ ਕਾਰਵਾਈ ਦੀ ਮੰਗ ਕਰਦੇ? ਇਹ ਸਾਰਾ ਗਲਤ ਆ, ਝੂਠ ਬੋਲਿਆ ਜਾਂਦਾ ਜਾਤੀ ਬਾਰੇ, ਕੁਛ ਨਹੀਂ ਇੱਦਾਂ ਦਾ ਬੋਲਿਆ। ਮੈਂ ਵੀ ਉਹੀ ਜਾਤੀ ਦੀ ਹਾਂ, ਠੀਕ ਹੈ। ਜੇ ਮੇਰੇ ਬਾਰੇ ਬੋਲਿਆ ਹੁੰਦਾ ਤਾਂ ਮੈਂ ਇਹਨਾਂ ਦੇ ਕੰਮ ਨਾ ਕਰਦੀ ਇੱਥੇ ਦੁਕਾਨ 'ਤੇ। ਕਦੀ ਜੁੱਤੀਆਂ ਮਾਰੂ, ਕਰਤੂਤ ਦੇਖ ਲਾ ਆਪਣੀ, ਮੂੰਹ ਦੇਖ ਲਾ ਅੰਕਲ। ਹਾਂਜੀ, ਉਹ ਓਨਰ ਜਾ ਕੇ ਉਹਨਾਂ ਨੂੰ ਚੁਗਲੀਆਂ ਲਾਉਂਦੀ, ਗੱਲਾਂ ਸੁਣਾਉਂਦੀ ਉਹਨਾਂ ਨੂੰ, ਫਿਰ ਲੜਾਈ ਹੋ ਜਾਂਦੀ ਆ। ਫਿਰ ਅੰਕਿਤਾ ਸੇਤੀਆ ਆਪ ਬੋਲਣ ਡੈ ਪੈਂਦੀ ਆ, ਨਾਲ ਵਰੁਣ ਵੀ ਬੋਲਦਾ ਹੈ। ਰਾਹੁਲ ਵਰੁਣ ਸੇਤੀਆ ਦੀ ਜਿਹੜੀ ਵੋਟੀ ਆ, ਮੈਨੂੰ ਕਹਿੰਦੀ ਸਰਦਾਰ ਦੇ 12 ਵਜਾਣੇ ਆ, 12 ਵੱਜ ਗਏ ਸਰਦਾਰ ਦੇ। ਤੇ ਕਾਲੂ ਨੂੰ ਕਹਿੰਦੀ, ਜਿਹੜਾ ਮੁੰਡਾ ਬਾਹਰ ਕੰਮ ਕਰਦਾ, ਕਹਿੰਦੀ ਸਰਦਾਰ ਦੇ 12 ਵਜਾਣੇ ਆ, ਕਹਿੰਦਾ ਵੱਜ ਗਏ ਸਰਦਾਰ ਦੇ। ਤੇ ਮੈਂ ਕਾਲੂ ਨੂੰ ਕਿਹਾ, ਮੈਂ ਕਿਹਾ ਕਾਲੂ ਤੂੰ ਬਹੁਤ ਗਲਤ ਬੋਲਦਾ ਪਿਆ ਵਾ। ਤੇ ਅੱਗੋਂ ਕੱਲ ਉਹ ਵੀ ਬੋਲਣ ਲੱਗ ਪਈ, ਗਾਲਾਂ ਕੱਢਣ ਲੱਗ ਪਈ। ਮੈਂ ਤਾਂ ਗੱਲ ਨਿਬੜ ਗਈ। ਅੱਜ ਸਵੇਰੇ ਮੈਂ ਕਿਹਾ ਕਾਲੂ ਤੂੰ ਕੱਲ ਬਹੁਤ ਗਲਤ ਬੋਲਿਆ ਸੀ, ਤੇ ਉਹਨੇ ਉਹਦੀ ਵਰੁਣ ਸੇਤੀਆ ਦੀ ਮੈਡਮ ਨੇ ਗਾਲਾਂ ਵੀ ਕੱਢੀਆਂ, ਵਰੁਣ ਨੇ ਵੀ ਕੱਢੀਆਂ ਮੈਨੂੰ, ਔਰ ਜੁੱਤੀ ਮਾਰੀ ਮੇਰੇ ਮੂੰਹ 'ਤੇ, ਔਰ ਮੈਨੂੰ ਕਹਿੰਦੇ ਵੀ ਤੇਰੀ ਕਹਿੰਦਾ ਆਪਣਾ ਆਪਣਾ ਕੀ ਨਾ ਜਿਹੜਾ ਤੇ ਹੈਗਾ ਨਾ ਆ ਜਿਹੜਾ ਜਾਤੀ ਸੋਚ, ਮੈਂ ਕੋਈ ਨਹੀਂ ਬੋਲਿਆ ਜੀ, ਕਦੀ ਨਹੀਂ ਬੋਲਿਆ ਨਾ ਮੈਨੂੰ, ਮੈਂ ਜਾਤੀ ਸਾਹਿਬ, ਮੇਰਾ ਨਾਲ ਕੀ ਦੁਸ਼ਮਣੀ ਜਾਤੀ ਸ਼ਬਦ? ਮੈਂ ਇਹਨਾਂ ਨੂੰ ਕਿਉਂ ਵਰਕਰ ਨੂੰ ਬੋਲੂੰਗਾ ਜਾਤੀ ਸ਼ਬਦ? ਉਹਦੀ ਮੈਡਮ ਨੇ ਉਹਨੂੰ ਕਿਹਾ ਵੀ ਝੂਠ ਬੋਲ, ਜੋ ਝੂਠ ਬੋਲੀ ਜਾਊਗੀ ਹੁਣ ਮੈਂ ਕੀ ਕਰ ਦਿੰਦਾ। ਜੇ ਆਪਾਂ ਗੱਲ ਕਰੀਏ ਜਿਹੜੇ ਕਿ ਦੋ ਦੁਕਾਨਦਾਰਾਂ ਦੀ ਆਪਸੀ ਲੜਾਈ ਦੇ ਵਿੱਚ ਆਏ ਦਿਨ ਵਰਕਰ ਹੀ ਕਿਉਂ ਪਿੱਛਦਾ ਪਿਆ ਵਾ? ਵਰਕਰ ਇੱਦਾਂ ਜੀ, ਜਿਹੜੀ ਇਹਨਾਂ ਦੀ ਮੈਡਮ ਆ, ਸਾਡੀ ਦੁਕਾਨ 'ਤੇ ਗਾਹਕ ਐਂਟਰ ਹੁੰਦਾ ਵਾ, ਉਹਨੂੰ ਪਿੱਛੋਂ ਆਵਾਜ਼ ਮਾਰਨ ਦੀ ਇਸ਼ਾਰਾ ਕਰਕੇ ਉਹ ਸਾਨੂੰ ਕਹਿੰਦਾ ਵੀ ਤੁਸੀਂ ਕਿਤੇ ਦੇਖਦੇ ਆਉਂਦੇ ਆ। ਅਸੀਂ ਗਾਹਕ ਨੂੰ ਕਹੀਦਾ ਮੈਡਮ ਵੀ ਤੂੰ ਨਾ ਕਰ, ਮੈਡਮ ਉਹਦੇ ਸਾਡੇ ਗਾਲਾਂ, ਸਾਨੂੰ ਗਾਲਾਂ ਕੱਢਣ ਲੱਗ ਪਈ, ਜੁੱਤੀ ਮਾਰੀ ਮੇਰੇ ਕੋਲ, ਸਾਡੇ ਕੋਲ ਜੁੱਤੀ ਗਵਾਹ ਪਈ ਸਾਡੇ ਕੋਲ। ਕੀ ਨਾਮ ਹੈ ਜੀ ਆਪਣਾ? ਮਿੰਨੀ। ਹਾਂਜੀ, ਮਿੰਨੀ। ਹਾਂਜੀ, ਕਿਹੜੇ ਮਹੱਲੇ ਤੋਂ? ਸੰਤਪੁਰੇ ਤੋਂ। ਤਾਂ ਜਿਹੜੇ ਤੁਸੀਂ ਆਰਤੀ ਜੁਵਲੇ 'ਤੇ ਕੰਮ ਕਰਦੇ, ਕਿੰਨੇ ਟਾਈਮ ਤੋਂ ਕੰਮ ਕਰਦੇ? 6 ਸਾਲ ਤੋਂ। ਤਾਂ ਕੀ ਗੱਲ ਕੀ ਹੋਈ ਸੀ ਅੱਜ, ਕੀ ਵਾਰਦਾਤ ਕੀ ਹੋਈ ਸੀ? ਇਹਨਾਂ ਦੋਨਾਂ ਭਰਾਵਾਂ ਦੀ ਆਪਸ 'ਚ ਲੜਾਈ ਹੈ, ਠੀਕ ਹੈ। ਦੂਸਰੇ ਭਾਜੀ ਜਿਹੜੇ ਆ ਉਹ ਖੁਦ ਬਾਹਰ ਆਉਂਦੇ ਨਹੀਂ, ਸਾਨੂੰ ਗਾਲਾਂ ਕੱਢ ਕੇ ਚਲੇ ਜਾਂਦੇ, ਇਹਨਾਂ ਨੂੰ ਨਹੀਂ ਕੁਛ ਵੀ ਕਹਿੰਦੇ ਹੈਗੇ, ਸਾਨੂੰ ਗਾਲਾਂ ਕੱਢਦੇ ਆ। ਕਿੰਨੇ ਟਾਈਮ ਤੋਂ ਇੱਦਾਂ ਹੋ ਰਿਹਾ ਵਾ? ਸਾਲ ਹੋ ਗਿਆ ਹੈ। ਇਸ ਤੋਂ ਪਹਿਲੇ ਵੀ ਇੱਕ ਇੱਦਾਂ ਦੀ ਅੱਜ ਤੁਹਾਨੂੰ ਕੀ ਗੱਲ ਕਹੀ ਇਹਨਾਂ? ਅੱਜ ਇਹਨਾਂ ਨੇ ਸਾਡੀ ਕਾਸਟ ਬਾਰੇ ਕਿਹਾ ਵਾ, ਸਾਨੂੰ ਕਹਿੰਦੇ ਕਿ ਤੁਸੀਂ ਝਾੜੂ ਫੇਰਨ ਵਾਲੇ ਆ, ਇੱਦਾਂ ਇਸ ਬੋਲੋ। ਇਹ ਸ਼ਬਦ ਕਿਹੜੇ ਵੱਲੋਂ ਕਹੀ ਗਏ ਸੀ? ਇਹ ਉਹਨਾਂ ਵੱਲੋਂ। ਪ੍ਰਿਤ ਸਿੰਘ ਵਾਲੀਆ, ਪ੍ਰਿਤਪਾਲ ਸਿੰਘ ਵਾਲੀਆ ਉਰਫ ਟਿੰਕੂ ਵਾਲੀਆ। ਕੀ ਨਾਮ ਜੀ ਆਪਣਾ?
ਮੇਰਾ ਨਾਂ ਜੀ ਪਵਨ ਕੁਮਾਰ ਹੈ। ਸੰਤਪੁਰਾ ਗਲੀ ਨੰਬਰ 2 ਚ ਮੇਰੀ ਬੇਟੀ ਆਰਤੀ ਜਵੈਲਰ 6-7 ਸਾਲ ਤੋਂ ਕੰਮ ਕਰ ਰਹੀ ਹੈ। ਗੱਲ ਇੱਦਾਂ ਹੋਈ ਜੀ, ਨਾਲ ਬਿਲਕੁਲ ਦੁਕਾਨ ਲੱਗਦੀ ਹੈ ਆਰਤੀ ਗੋਲਡ ਵਾਲੇ, ਜੋ ਕਿ ਇਹਨਾਂ ਦੇ ਬ੍ਰਦਰ ਹੀ ਲੱਗਦੇ ਆਰਤੀ ਜਵੈਲਰ ਵਾਲਿਆਂ ਦੇ। ਉਹਨਾਂ ਦੀ ਆਪਸ ਕੋਈ ਰੰਜਿਸ਼ ਹੋਏਗੀ, ਦੇਖੋ ਜੀ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਉਹਨਾਂ ਦੀ ਦੁਕਾਨ 'ਤੇ ਇੱਕ ਵਰਕਰ ਕੰਮ ਕਰਦਾ ਜਿਹਦਾ ਨਾਂ ਪ੍ਰਿਤਪਾਲ ਸਿੰਘ ਵਾਲੀਆ ਹੈ ਔਰ ਟਿੰਕੂ ਵਾਲੀਆ ਹੈ। ਉਸ ਨੇ ਅੱਜ ਸ਼ਰੇਆਮ ਬਾਜ਼ਾਰ ਦੇ ਵਿੱਚ ਖੜ੍ਹੇ ਹੋ ਕੇ ਮੇਰੀ ਬੇਟੀ ਦੇ ਨਾਲ ਉਹ ਗਾਲੀ ਗਲੋਚ ਕੀਤਾ, ਉਹ ਗਾਲਾਂ ਕੱਢੀਆਂ ਕਿ ਜਿਹੜੀਆਂ ਮੈਂ ਤੁਹਾਨੂੰ ਕੈਮਰੇ 'ਤੇ ਦੱਸ ਨਹੀਂ ਸਕਦਾ, ਅਤੇ ਜਾਤੀ ਸੂਚਕ ਸ਼ਬਦ ਬੋਲੇ ਨੇ। ਮੰਗ ਇਹ ਕਰਦੇ ਹਾਂ ਕਿ ਇਹਦੇ ਐਸ ਸੀ ਐਕਟ ਦੇ ਆਧਾਰ 'ਤੇ ਇੱਥੇ ਪਰਚਾ ਹੋਣਾ ਚਾਹੀਦਾ। ਹੋਈ ਤਾਂ ਕਈ ਵਾਰੀ ਆ, ਪਰ ਹਰ ਵਾਰੀ ਮਾਫ਼ੀ ਮੰਗ ਲੈਂਦੇ, ਪਰ ਅੱਜ ਜ਼ਰੂਰਤ ਨਾਲੋਂ ਜ਼ਿਆਦਾ ਗੱਲ ਵੱਧ ਗਈ ਹੈ। ਮੰਗ ਅਸੀਂ ਇੱਥੇ ਪਰਚਾ ਕਰਨਾ ਚਾਹੁੰਦੇ ਹਾਂ। ਪ੍ਰਧਾਨ ਜੀ, ਕੀ ਮਾਮਲਾ ਸੀ ਜਿਹਨੂੰ ਲੈ ਕੇ ਬਾਜ਼ਾਰ ਦੇ ਵਿੱਚ ਪਹਿਲਾਂ ਲੜਾਈ ਝਗੜਾ ਵੀ ਗਾਲੀ ਗਲੋਚ ਹੋਈ, ਅਤੇ ਕੀ ਸਾਰਾ ਮਾਮਲਾ ਕੀ ਸੀ? ਮਾਮਲਾ ਇਹ ਜੀ, ਸਾਡਾ ਦੇਖੋ ਆ ਪਵਨ ਕੁਮਾਰ ਜੀ ਮੱਲਾ ਸੰਤਪੁਰ ਦੇ ਵਿੱਚ ਰਹਿੰਦੇ ਆ, ਔਰ ਇਹ ਸਾਡੇ ਅਰੁਣ ਕੁਮਾਰ ਸੱਭਰਵਾਲ ਜੀ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਏਕਤਾ ਪਾਰਟੀ ਦੇ ਆ। ਮੈਨੂੰ ਵੀ ਫੋਨ ਆਇਆ ਸੀਗਾ ਵੀ ਆਰਤੀ ਜੂਲਰ ਵਾਲਿਆਂ ਦੇ ਇਹਨਾਂ ਦੀ ਬੇਟੀ ਕੰਮ ਕਰਦੀ ਆ, ਔਰ ਸਾਥ ਦੇ ਵਿੱਚ ਆਰ ਕੇ ਜੂਲਰ ਵਾਲੇ ਹੋਰ ਹੈਗੇ, ਉਹਨਾਂ ਦੇ ਭਾਈ ਸਾਹਿਬ ਵੀ ਆ, ਔਰ ਉਹਨਾਂ ਦੇ ਇੱਕ ਵਾਲੀਆ ਟਿੰਕੂ ਕੰਮ ਕਰਦਾ ਸਰਦਾਰ ਜੀ ਹੈਗੇ ਆ, ਔਰ ਇਹਨਾਂ ਦੀ ਬੇਟੀ ਨੂੰ ਮੈਂ ਸਮਝਦਾ ਆਏ ਦਿਨੀ ਰੋਜ਼ ਕੋਈ ਨਾ ਕੋਈ ਮਾੜੇ ਸ਼ਬਦ ਬੋਲਦਾ ਵਾ। ਦੇਖੋ ਜੀ, ਇਹਨਾਂ ਭਰਾਵਾਂ ਦਾ ਹੈਗਾ ਸੀ, ਉਹਨਾਂ ਵਿੱਚ ਇੰਟਰਫੇਅਰ ਨਹੀਂ ਕਰਦੇ, ਪਰ ਇਹਦੀ ਬੇਟੀ ਜਿਹੜੀ ਆ ਕੰਮ ਕਰਦੀ ਆ। ਦੇਖੋ, ਹਰ ਇੱਕ ਨੂੰ ਅਧਿਕਾਰ ਹੈਗਾ ਵਾ, ਬੇਟੀਆਂ ਕੰਮ ਕਰਦੀਆਂ ਵਾ, ਮੁਲਾਜ਼ਮ ਕੰਮ ਕਰਦੇ ਆ, ਪਰ ਦੇਖੋ ਉਹ ਮੁਲਾਜ਼ਮ ਜਿਹੜਾ ਟਿੰਕੂ ਵਾਲੀਆ ਹੈਗਾ, ਉਸ ਬੰਦੇ ਨੇ ਮੈਂ ਸਮਝਦਾ ਵਾਂ ਵੀ ਇਸ ਬੇਟੀ ਨੂੰ ਜਿਹੜੇ ਮਾੜੇ ਸ਼ਬਦ ਬੋਲੇ ਆ, ਜਾਂ ਐਸੀ ਸਾਡਾ ਭਾਈਚਾਰਾ ਹੈਗਾ ਜਾਂ ਸਾਡੀ ਬੇਟੀ ਐਸੀ ਹੈਗੀ ਆ, ਪਰ ਉਹਨੇ ਜੇ ਬੋਲਿਆ ਤਾਂ ਉਹਨੇ ਮਾਲਕ ਦੇ ਕਹਿਣ 'ਤੇ ਬੋਲੇ ਆ, ਕਿਉਂਕਿ ਕੋਈ ਵੀ ਮੁਲਾਜ਼ਮ ਜਿਹੜਾ ਵਾ ਮਾਲਕ ਤੋਂ ਬਗੈਰ ਕਿਸੇ ਨੂੰ ਕਹਿ ਨਹੀਂ ਸਕਦਾ ਕੁਛ ਵੀ, ਕਿਉਂਕਿ ਅਗਲਾ ਸੋਚਦਾ ਮੇਰੀ ਦੁਕਾਨਦਾਰੀ ਖਰਾਬ ਹੁੰਦੀ ਆ, ਪਰ ਉਹਦੇ ਕਹਿਣ ਦੇ ਉੱਪਰ ਮੈਂ ਸਮਝਦਾ ਬੇਟੀ ਨੂੰ ਮਾੜੇ ਸ਼ਬਦ ਬੋਲੇ ਆ। ਉਹ ਜਦੋਂ ਅਸੀਂ ਗਏ ਹਾਂ ਵੀ ਉਹ ਮਾਫ਼ੀ ਮੰਗਣ ਨੂੰ ਵੀ ਤਿਆਰ ਸੀਗਾ, ਪਰ ਜਦੋਂ ਅਸੀਂ ਇੱਥੇ ਇਕੱਠੇ ਹੋਏ ਹਾਂ ਸਾਰੇ, ਮੌਕੇ 'ਤੇ ਪੁਲਿਸ ਬੁਲਾਈ ਆ, ਮੌਕੇ 'ਤੇ ਪੁਲਿਸ ਬੁਲਾਉਣ ਦੇ ਬਾਅਦ ਵੀ ਮੈਂ ਸਮਝਦਾ ਥਾਣਾ ਸਿਟੀ ਤੋਂ SH ਜਿਹੜਾ ਥਾਣੇਦਾਰ ਸੀਗਾ ਹਰ ਪ੍ਰਸ਼ਾਦ ਮੌਕੇ 'ਤੇ ਆਇਆ, ਮੌਕੇ 'ਤੇ ਅਸੀਂ ਐਪਲੀਕੇਸ਼ਨ ਦਿੱਤੀ ਹੈ, ਪਰ ਉਹਨੇ ਬੇਟੀ ਦੀ ਗੱਲ ਸੁਣਨ ਦੀ ਬਜਾਏ ਵੀ ਉਹ ਨਾਲ ਦੀ ਵਿਰੋਧੀਆਂ ਦੇ ਦੁਕਾਨ 'ਤੇ ਜਾ ਕੇ 1.25 ਘੰਟਾ ਬਹਿ ਕੇ ਚਾਹ ਪਾਣੀ ਪੀ ਕੇ ਚਾਹ ਪਾਣੀ ਨਾਲ ਲੈ ਕੇ ਵੀ ਚਲਾ ਗਿਆ, ਪਰ ਜਦੋਂ ਅਸੀਂ ਇਹਨੂੰ ਕਿਹਾ ਵੀ ਅਸੀਂ ਧਰਨਾ ਲਾਵਾਂਗੇ ਇੱਥੇ, ਮੈਂ ਸਮਝਦਾ ਮੌਕੇ 'ਤੇ ਉੱਥੋਂ ਜਿਹੜਾ ਵਾ ਖਿਸਕ ਗਿਆ। ਦੇਖੋ, ਜਿਨ੍ਹਾਂ ਕੋਲੋਂ ਇਨਸਾਫ ਲੈਣਾ ਉਹ ਇਨਸਾਫ ਦੇਣ ਨੂੰ ਤਿਆਰ ਨੀਗੇ, ਪਰ ਅਸੀਂ ਏਕਤਾ ਪਾਰਟੀ ਜਿਹੜੀ ਹੈ ਉਹ ਮੈਂ ਸਮਝਦਾ ਕੁੜੀ ਨੂੰ ਇਨਸਾਫ ਅੱਜ ਹੀ ਦਵਾ ਕੇ ਰਵਾਂਗੇ। ਜੇ ਹੁਣ ਸਾਡੀ SH ਉਹਨਾਂ ਗੱਲ ਹੋਈ ਹੈ, ਉਹ ਕਹਿੰਦਾ ਤੁਸੀਂ ਲੜਕੀ ਨੂੰ ਨਾਲ ਲਿਆਓ, ਅਸੀਂ ਬਿਆਨ ਲਿਖਣ ਨੂੰ ਤਿਆਰ ਹਾਂ, ਜੇ 2-4 ਘੰਟਿਆਂ ਵਿੱਚ ਇਹ SC ਐਕਟ ਦਾ ਪਰਚਾ ਇੱਥੇ ਨਾ ਹੋਇਆ ਵੀ ਮੈਂ ਸਮਝਦਾ ਕੱਲ੍ਹ ਨੂੰ ਦੁਕਾਨ ਵੀ ਉਹਦੀ ਬੰਦ ਕਰਾਵਾਂਗੇ, ਅਤੇ ਥਾਣਾ ਸਿਟੀ ਦਾ ਵੀ ਘਰਾ ਕਰਾਵਾਂਗੇ, ਇਸ ਪਰਿਵਾਰ ਨੂੰ ਪੂਰਾ ਇਨਸਾਫ ਜਿਹੜਾ ਵਾ ਉਹ ਅਸੀਂ ਦਵਾਵਾਂਗੇ।